ਸੰਤਾਂ ਦੇ ਮਗਰ ਤੁਰ ਪਿਆ, ਸਾਧ ਬਣ ਗਿਆ, ਸੰਤ ਬਣ ਗਿਆ। ਰੋਜ਼ ਇਹ ਗੁਰੂ ਘਰ ਵਿੱਚ ਤੁਰਿਆ ਰਹਿੰਦਾ ਹੈ। ਐਸੇ ਲਫ਼ਜ਼ ਜਿਹੜੇ ਹਰ ਇੱਕ ਬੰਦੇ ਤੋਂ ਸੁਣੇ ਨਹੀਂ ਜਾਂਦੇ, ਉਹਨਾਂ ਨੂੰ ਅਣਸੁਣਿਆ ਕਰ ਦੇਣਾ ਅਜਰ ਸ਼ਕਤੀ ਹੈ ਜਿਹੜੀ ਜਰੀ ਨਹੀਂ ਜਾਂਦੀ। ਔਰ ਇੱਕ ਸ਼ਕਤੀ ਹੈ, ਇੱਕ ਤਰਕ ਹੈ, ਠੋਕਰ ਹੈ। ਲੋਕ ਲਾਸ, ਕੁੱਲ ਲਾਸ, ਵੇਦ ਲਾਸ, ਤਿੰਨ ਵਸਤੂਆਂ ਹਨ। ਤਿੰਨਾਂ ਨੂੰ ਲਤਾੜ ਕੇ, ਤੋੜ ਕੇ ਫਿਰ ਇਸ ਮਾਰਗ 'ਤੇ ਚੱਲਦਾ ਹੈ। ਭਗਤ ਕਬੀਰ ਜੀ ਨੂੰ ਕਿਹਾ, ਮਾਂ ਨੇ ਦੇਖ, ਜਿਵੇਂ ਗੁਰਬਾਣੀ ਦੇ ਔਰ ਭਗਤ ਬਾਣੀ ਦੇ ਉਸੇ ਪ੍ਰਥਾ ਹੀ ਕਹਿੰਦੇ, ਤੁੱਟ ਕੋਰੀ ਗਾਗਰ ਆਨੈ ਲੀਪਤ ਜੀਓ ਗਇਓ, ਤਾਨਾ ਬਾਨਾ ਕਛੂ ਨਾ ਸੂਝੈ, ਹਰ ਹਰ ਰਸ ਲਪਟਾਇਓ। ਮਾਂ ਉਲਾਂਭਾ ਦਿੰਦੀ ਹੈ ਰੋਜ਼, ਹੈ ਤੂੰ ਤਾਂ ਬਸ ਇਹ ਬ੍ਰਹਮਣ ਪੰਡਿਤ ਸਾਧੂ ਸੰਤ ਹੈ, ਪਵਿੱਤਰਤਾ ਹੀ ਰੱਖਦੇ ਨੇ, ਗਾਗਰਾਂ ਲੈਂਦੀਆਂ, ਜਲ ਲੈਂਦਾ, ਛਿੜਕਤਾ, ਚੌਂਕੇ ਦੇ ਤੇ, ਇਹ ਤੂੰ ਕੀ ਕਰੀ ਜਾਂਦਾ ਰੋਜ਼? ਕਦੇ ਲਿਪੀ ਜਾਂਦਾ, ਕਦੇ ਪੋਚੇ ਦੇਈ ਜਾਂਦਾ। ਹੁਣ ਪਵਿੱਤਰਤਾ ਹੀ ਹੈ ਨਾ ਕਰਮ ਕਾਂਡ ਵਿੱਚ, ਪਵਿੱਤਰ ਸਤਾਈ ਦਾ ਸ਼ੁੱਧ ਸਰੂਪ ਹੋਣਾ, ਇਹ ਪਹਿਲੀ ਗੱਲ ਹੈ ਹਰ ਧਰਮ ਵਿੱਚ। ਜਿਤਨਾ ਚਿਰ ਅਸੀਂ ਪਵਿੱਤਰਤਾਈ ਔਰ ਕਰਮ ਕਾਂਡ ਵਿੱਚ ਪਰਪੱਕ ਨਹੀਂ ਹੋ ਸਕਦੇ, ਉਪਾਸ਼ਨਾ ਕਾਂਡ ਨਹੀਂ ਮਿਲਦਾ। ਉਪਾਸ਼ਨਾ ਭਗਤੀ ਪਾਪ, ਉਪਾਸ਼ਨਾ ਤੋਂ ਬਿਨਾਂ ਜੇ ਉਹ ਪਰਪੱਕ ਨਹੀਂ ਹੋਈ ਫਿਰ ਗਿਆਨ ਪ੍ਰਾਪਤ ਨਹੀਂ ਹੁੰਦਾ। ਤਿੰਨ ਵਸਤੂਆਂ ਕਰਮਕਾਂਡ, ਉਪਾਸ਼ਨਾ ਅਤੇ ਗਿਆਨ। ਗਿਆਨ ਬ੍ਰਹਮ ਵਿਚਾਰ, ਉਸ ਤੋਂ ਤਿੰਨਾਂ ਵਸਤੂਆਂ ਤੋਂ ਬਿਨਾਂ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੂੰ ਭਵਿੱਖ ਰੋਜ਼ ਹੀ ਤੂੰ ਤਾਂ ਆਪਦਾ, ਮੈਂ ਸੁੱਚਾ, ਮੈਂ ਝੂਠਾ। ਹੁਣ ਜਿਹੜੇ ਅੰਮ੍ਰਿਤ ਛਕਣ ਵਾਲੇ ਵੀ ਨੇ ਉਹਨਾਂ ਦਾ ਦੇਖੋ, ਆਮ ਪਰਿਵਾਰ ਨਾਲੋਂ ਲੈ ਬੜਾ ਪਖੰਡ ਕਰਦਾ, ਘਰੇ ਕਰਦੇ ਹੀ ਨਹੀਂ ਲੋਟ ਆਉਂਦੇ ਹੁੰਦੇ। ਤੂੰ ਆਹ ਕਰੀ ਜਾਂਦਾ, ਤੂੰ ਪਵਿੱਤਰ, ਤੂੰ ਐਸੇ ਬਹੁਤ ਵਿਚਾਰੇ ਕਰਮ ਕਰਦੇ, ਸਾਰਾ ਪਰਿਵਾਰ ਹੋਵੇ ਇੱਕ ਧਰਮ ਦਾ, ਉੱਥੇ ਕੋਈ ਸ਼ੰਕਾ ਸਵਾਲ ਪੈਦਾ ਨਹੀਂ ਹੁੰਦਾ। ਕੋਈ ਜਾਣ ਕੇ ਹੀ ਲੈ ਤੇਰੇ ਤਾਂ ਅੰਮ੍ਰਿਤ ਛਕਿਆ, ਜੂਠਾ ਹੱਥ ਲਾ ਦੇਣਾ, ਲੈ ਹੁਣ ਦੱਸ ਤੂੰ ਕਿਵੇਂ ਛਕੇਗਾ, ਤਾਂ ਉਹਨੂੰ ਭੁੱਖਾ ਮਰਨ ਲਾ ਦਿੰਦੇ ਨੇ ਜਾਣ ਜਾਣ ਕੇ। ਮੈਂ ਕੀ ਹੋ ਗਿਆ, ਲਓ ਜੀ ਇਹਨੇ ਜੂਠਾ ਹੱਥ ਲਾ ਦਿੱਤਾ, ਹੁਣ ਨਹੀਂ ਛਕਣਾ ਹੈ। ਇਹ ਵਸਤੂਆਂ ਨੇ ਜਿਹੜੀਆਂ, ਇਹੋ ਜਿਹੀ ਕਰਮ ਕਾਂਡ ਕਰਮ ਦੇ ਵਿਚਾਰ ਵਿੱਚ ਮਾਂ ਨੇ ਕਿਹਾ, ਨਾ ਹੁਣ ਤੈਨੂੰ ਆਪਣਾ ਤਾਂ ਕੰਮ ਤਾਂ ਰੋਜ਼ੀ ਕਮਾਉਣਾ ਸੀ, ਬੱਚੇ ਪਾਲਣਾ ਸੀ, ਤੂੰ ਤਾਂ ਮਾਲਾ ਕੋਲ ਚੱਕ ਲਈ ਔਰ ਲਿਪੀ ਪੋਚੀ ਜਾਂਦੇ, ਪਵਿੱਤਰਤਾ ਹੀ ਰੱਖਦਾ। ਇਹ ਪਹਿਲੀ ਸ਼ਰ੍ਹਾਂ ਦੀ ਗੱਲ ਸੀ, ਸ਼ਰ੍ਹਾਂ ਤਰੀਕ ਤਹਕੀਕ ਮਾਰਫਤ ਇਸਲਾਮਤ, ਜਿਵੇਂ ਉਰਦੂ ਫਾਰਸੀ ਦੇ ਸ਼ਬਦ ਨੇ ਸਾਡੇ। ਇਧਰ ਧਰਮ ਹੈ, ਕਰਮ ਹੈ, ਨੇਮ ਹੈ, ਵਰਤ ਹੈ, ਪੂਜਾ ਹੈ। ਸਿੱਖ ਧਰਮ ਵਿੱਚ ਵੀ ਵੇਦਾਂ ਅਨੁਸਾਰ ਸਨਾਤਨ ਕਰਮ, ਉਪਾਸ਼ਨਾ, ਗਿਆਨ, ਤਿੰਨ ਵਸਤੂਆਂ ਵੇਦਾਂ ਨੇ ਦੜਾਈਆਂ ਨੇ। ਗੁਰਮਤ ਵਿੱਚ ਵੀ ਧਰਮ ਧਾਰਨ ਕਰੋ, ਕਰਮ ਕਰੋ, ਨਿਯਮ ਰੱਖੋ, ਵਰਤ ਰੱਖੋ। ਵਰਤ ਕੀ ਹੈ? ਭੁੱਖੇ ਮਰਨ ਦਾ ਤੋਂ ਨਹੀਂ, ਮਨ ਸੰਤੋਖ, ਸਰਬ ਜੀ ਦਇਆ, ਇਨ ਵਿਧ ਵਰਤ ਸਪੂਰਨ ਭਇਆ। ਮਨ ਨੂੰ ਸਬਰ ਧਾਰਨ ਕਰੋ, ਪੂਜਾ ਕਰੋ ਆਪਦੇ ਗੁਰੂ ਪਰਮੇਸ਼ਵਰ ਦੀ। ਨਿਯਮਾਵਲੀ ਹੈ ਕੁਛ, ਤੂੰ ਤਾਂ ਇਹੀ ਕੁਛ ਕਰੀ ਜਾਂਦਾ ਰੋਜ਼, ਤਾਨਾ ਬਾਨਾ ਤੰਨਾ, ਤੂੰ ਤਾੜਨਾ ਕਰਦਾ ਕੰਮ, ਨਾ ਕੋਈ ਸੂਤਰ ਆਦਿਕ ਦਾ ਤੇਰੇ ਕੋਲ, ਖਣ ਖੱਡੀਆਂ ਆਦਿਕ ਦੇ ਕੰਮ ਜੋ ਕੁਛ ਕਰਦਾ ਸੀ ਇਹ ਤਾਂ ਛੱਡੇ ਦਿੱਤਾ ਤੈਂ ਤਾਂ, ਕਿੱਥੇ ਪ੍ਰਵੇਸ਼ ਹੋ ਗਿਆ? ਹਰ ਹਰ ਰਸ ਲਪਟਾਇਓ, ਹਰੀ ਦੇ ਨਾਮ ਵਿੱਚ ਤੂੰ ਤਾਂ ਲਪਟ ਗਿਆ, ਬਸ ਰਾਮ 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 ਰਾਮ, ਇਸ ਤੋਂ ਬਿਨਾਂ ਤੇਰੇ ਕੋਲ ਗੱਲੇ ਨਹੀਂ ਸੁਣਦੇ ਹਾਂ ਕੋਈ। ਪਰ ਇੱਕ ਗੱਲ ਦੱਸ, ਹਮਾਰੀ ਕੁੱਲ ਕੌਣੇ ਰਾਮ ਕਹੋ, ਕੁੱਲ ਲਾਜ ਆ ਗਈ ਇੱਥੇ, ਆਪਣੀ ਕੁੱਲ ਵਿੱਚ ਦੱਸ, ਤੇਰਾ ਪਿਓ ਕਰਦਾ ਸੀ ਕੰਮ, ਤੇਰਾ ਬਾਬਾ ਦਾਦਾ ਪੜਦਾਦਾ ਕੱਪੜੇ ਬੁਣਦੇ ਸੀ,
ਲਿਆ ਸੂਤ ਲਿਆਂਦਾ, ਉਹਨਾਂ ਦਾ ਦਿਆਂਦਾ, ਉਹਨਾਂ ਦਾ ਬੁਣਤਾ, ਉਹਨਾਂ ਤੋਂ ਲਿਆਂਦੀ। ਚਾਰ ਆਪਦੇ ਟੱਕੇ ਖੱਟਦੇ ਸੀ, ਬੱਚਿਆਂ ਨੂੰ ਪਾਲਦੇ ਸੀ। ਤੂੰ ਤਾਂ ਹੁਣ ਬੱਚੇ ਭੁੱਖੇ ਮਾਰਨ ਵਾਲੀ ਗੱਲ ਸ਼ੁਰੂ ਕਰ ਦਿੱਤੀ, ਔਰ ਇੱਥੇ ਤੱਕ ਵੀ ਆਉਂਦਾ। ਪੜੋ ਪਿਆਰ ਦੇ ਨਾਲ। ਬਈ ਮੁਸ ਮੁਸ ਰੋਂਦੀ ਸੀ ਕਬੀਰ ਜੀ ਦੀ ਮਾਈ, ਤਾਣਾ ਮੇਰਾ ਕੌਣ ਸੁਣੂਗਾ। ਮੁਸ ਮੁਸ ਰੋਂਦੀ ਸੀ ਭਗਤ ਜੀ ਦੀ ਮਾਈ, ਤਾਣਾ ਮੇਰਾ ਕੌਣ ਸੁਣੂਗਾ। ਕਬੀਰ ਜੀ ਦੀ ਮਾਈ, ਤਾਣਾ ਮੇਰਾ ਕੌਣ ਸੁਣੂਗਾ। ਮੁਸ ਮੁਸ ਰੋਂਦੀ ਸੀ ਕਬੀਰ ਜੀ ਦੀ ਮਾਈ, ਤਾਣਾ ਮੇਰਾ ਕੌਣ ਸੁਣੂਗਾ। ਸੁਣੋ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਨਜ਼ਰਾਈ। ਰੋ ਰਹੀ ਭਗਤ ਕਬੀਰ ਜੀ ਨੂੰ ਕਹਿ ਰਹੀ, ਆ ਦੇਖ ਗ੍ਰਿਸ਼ਤੀ ਤੂੰ ਹੋ ਗਿਆ, ਬੱਚੇ ਤੇਰੇ ਨੇ, ਔਰ ਇਹਨਾਂ ਦੀ ਪਾਲਣਾ ਕੌਣ ਕਰੂਗਾ? ਤੂੰ ਤਾਂ ਮਾਲਾ ਪਕੜ ਲਈ, ਕੀ ਨਿਕਲੂ ਮਾਲਾ 'ਚੋਂ? ਰੋਂਦੀ ਹੈ, ਇਹ ਤੂੰ ਨਾ ਸ਼ਾਦੀ ਕਰਾਉਂਦਾ ਤੂੰ।
ਆ ਬੱਚਿਆਂ ਨੂੰ ਕੌਣ ਪਾਲੂਗਾ? ਤਾਨਾ ਬੁਨਾ ਹੈ ਸਭ ਤਜੋ ਕਬੀਰ। ਫਿਰ ਕੀ ਅੱਗੇ ਕੀ ਵਸਤੂ ਸੀ? ਹਿਰਦੇ ਨਾਮ ਲਿਖ ਲਿਓ ਕਬੀਰ, ਨਾਮ ਹਿਰਦੇ 'ਚ ਲਿਖ ਲਿਓ। ਹਿਰਦੇ 'ਤੇ ਵੀ ਹਰ ਇੱਕ ਦੀ ਤਾਂ ਗਤੀ ਵੀ ਨਹੀਂ ਹੈ, ਹਿਰਦੇ 'ਤੇ ਲਿਖ ਲੈਣੇ ਅੱਖਰ ਦੋ। ਭਗਤ ਕਬੀਰ ਜੀ ਨੇ ਵੀ ਕਿਹਾ ਹੋਰ ਅੱਖਰ ਤਾਂ ਖਰ ਜਾਂਦੇ ਨੇ, ਖਿਰ ਜਾਂਦੇ ਨੇ। ਔਰ ਹਜ਼ੂਰ ਨੇ 52 ਅੱਖਰੀ 'ਚ ਵੀ ਪੱਟੀ ਲਿਖੀ ਵੀ, ਉਹਦੇ ਵਿੱਚ ਵੀ ਕਿਹਾ ਇਹ ਅੱਖਰ ਉਹ ਅੱਖਰ ਹੋਰ ਜਾਏਂਗੇ, ਇਹ ਅੱਖਰ ਉਨਮੇ ਨਾ ਹੈ। ਕਿਹੜੇ? ਰਾਮ ਰਾਮ। ਹਿਰਦੇ 'ਚ ਕਿਸੇ ਭਗਤ ਦੇ ਫਕਰਾਂ ਦੇ ਜਿਹੜੇ ਕੋਈ ਅਪਰੋਖ, ਪਰਸੋਂ ਵੀ ਸੁਣਿਆ ਆਪਣੇ, ਬ੍ਰਹਮ ਵਿਚਾਰ ਵੀ ਦ੍ਰਿੜ ਹੋ ਜਾਣਾ, ਧਿਆਤਾ ਧਿਆਨ ਦੇ, ਪਰਮਾਤਾ ਪ੍ਰਮਾਣ ਪ੍ਰਮੇਹ, ਗਿਆਤਾ ਗਿਆਨ ਗੇ, ਗੇ ਰਸ ਪਿਆਰ। ਧਿਆਉਣ ਵਾਲਾ ਧਿਆਨੀ ਪੁਰਸ਼, ਦੇਹ ਇਸ਼ਕ ਪਿਆਰ ਹੈ ਜਿਹਨੇ ਦੇ ਅੰਦਰ, ਉਹ ਧਿਆਨ ਟਿਕਾਉਂਦਾ। ਧਿਆਨ ਕਿਹਦਾ ਟਿਕਾਊ? ਹੁਣ ਅਸੀਂ ਝੁਕਦੇ ਹਾਂ ਕਿਸੇ ਸ਼ਕਤੀ ਨੂੰ, ਮੈਂ ਸਿਜਦਾ ਕਿਸੇ ਕਰੂੰ ਜਾਂ ਸਾਹਮਣੇ ਹੀ ਤੂੰ ਨਹੀਂ ਹੈ, ਕਿਸੇ ਸ਼ਕਤੀ ਦੇ ਏਕ ਅੱਖਰ ਆਖਰ ਰਾਮ ਰਾਮ ਰਾਮ। ਹਿਰਦੇ 'ਚ ਹਿਰਦੇ ਨਾਮ ਲਿਖ ਲਿਓ ਕਬੀਰ, ਹਿਰਦੇ ਹੀ ਹਿਰਦਾ ਅੰਤਸ਼ਕਰਨ ਕਿਹਾ, ਕਲਪਨਾ ਹੋਰ ਹੈ। ਹਿਰਦੇ ਰਾਮ ਅੱਖਰ ਲਿਖ ਲਏ, ਹੁਣ ਇਹਨਾਂ ਨੂੰ ਪਾਲੂ ਕੌਣ? ਕਮਾਲਾ ਕਮਾਲੀ ਨੂੰ, ਬੱਚਿਆਂ ਨੂੰ। ਦੋ ਸ਼ਾਦੀਆਂ ਭਗਤ ਕਬੀਰ ਜੀ ਦੀਆਂ ਹੋਈਆਂ ਹਨ। ਪਹਿਲਾਂ ਧਨੀਆ ਨਾਮ ਕਰਕੇ ਸੀ, ਉਹਦੇ ਨਾਲ ਕੁਛ ਵਖੇਵਾ ਪੈ ਗਿਆ। ਸੰਤ ਆਏ ਸੀ ਇੱਕ ਦਿਨ, ਕਹਿਣ ਲੱਗੇ ਭਗਤ ਜੀ ਤੁਹਾਡੇ ਸ੍ਰੇਸ਼ਟ ਘਰ ਵਾਲੀ ਦਾ ਕੀ ਨਾਮ ਹੈ? ਉਹਨਾਂ ਨੇ ਆਵਾਜ਼ ਦੀ ਧਨੀਆ ਧਨੀਆ। ਸੰਤ ਕਹਿੰਦੇ ਇਹ ਤਾਂ ਅੱਛਾ ਨਹੀਂ ਨਾਮ ਹੈ, ਧਨੀਆ ਇਹ ਤਾਂ ਧਨਾਡਾਂ ਦੇ ਅਮੀਰ ਲੋਕਾਂ ਦੇ ਘਰਾਂ ਵਾਲੀਆਂ ਦੇ ਨਾਂ ਹੁੰਦਾ ਹੈ। ਮਹਾਰਾਜ ਤੁਸੀਂ ਦੱਸੋ ਕੀ ਨਾਂ ਰੱਖ ਦਈਏ? ਕਹਿੰਦੇ ਇਹਦਾ ਨਾਂ ਰਾਮ ਜਨੀਆ ਰੱਖ ਦਿਓ ਤੁਸੀਂ, ਰਾਮ ਜਨੀਆ। ਉਹ ਘਰਵਾਲੀ ਸੁਣ ਕੇ ਕਹਿਣ ਲੱਗੀ ਲੈ ਇਹੋ ਜਿਹੇ ਸੰਤਾਂ ਤੋਂ ਕੀ ਲੈਣੇ, ਮੈਂ ਮੇਰਾ ਨਾਂ ਮੇਰੇ ਮਾਂ ਪਿਓ ਨੇ ਵਿਆਹ ਵੇਲੇ ਵੀ ਆਹ ਕੁਛ ਉਹਨਾਂ ਨੇ ਤਾਂ ਬਹੁਤ ਸੋਹਣਾ ਚੁਣ ਕੇ ਰੱਖਿਆ ਹੈ, ਸੰਤਾਂ ਦਾ ਤਾਂ ਤੁਹਾਡਾ ਕੀ ਜਾਂਦਾ? ਕਹਿੰਦੀ ਕਹਿੰਦੇ ਜਾਂਦਾ ਕਿਉਂ ਨਹੀਂ ਹੈ, ਜੇ ਤੈਨੂੰ ਇਹ ਸੰਤਾਂ ਦਾ ਬਚਨ ਨਹੀਂ ਭਗਤ ਕਬੀਰ ਜੀ ਕਹਿੰਦੇ ਨਾ ਮਨਜ਼ੂਰ, ਤੂੰ ਫਿਰ ਆਪਣੇ ਪੇਕਿਆਂ ਨੂੰ ਚਲੀ ਜਾ, ਛੱਡ ਦਿੱਤਾ। ਇੱਥੋਂ ਉਹਨਾਂ ਦਾ ਕੁਛ ਵਖੇਵਾ ਪੈ ਗਿਆ ਸੀ। ਫਿਰ ਆਈ ਮਾਈ ਲੋਈ ਦੂਸਰੇ, ਇਹਨੇ ਇਹਨਾਂ ਦੀ ਪਾਲਣਾ ਕੌਣ ਕਰੂ? ਹੁਣ ਮਾਂ ਪੁੱਛੀ ਜਾਂਦੀ ਇਹ ਪਰਿਵਾਰ ਨੂੰ ਪਾਲੂ ਕੌਣ? ਕਹਿੰਦੇ ਹਾਂ ਹਿਰਦੇ।